ਆਲੂ ਦਾ ਸਨੈਕਸ ਬਣਾਉਣੇ ਚਾਰ ਉਬਲੇ ਆਲੂ ਲੈ ਕद्दूकस ਕਰ ਲੈਣੇ ਆ ਅੱਧੇ ਕੌਲੀ ਸੂਜੀ ਦੇ ਰਲਾ ਕੇ ਇਹਨੂੰ ਮਿਕਸ ਕਰਕੇ ਢੱਕ ਦੇਣਾ ਅੱਧਾ ਘੰਟਾ ਸੂਜੀ ਫੁੱਲ ਜਾਵੇ ਚੰਗੀ ਤਰ੍ਹਾਂ 15-20 ਮਿੰਟ ਘੱਟੋ ਘਾਟਾ ਕੋ ਇਹਨੂੰ ਲਾਲ ਮਿਰਚ ਪਾ ਦਤੀ ਐ ਸੈੱਟ ਹੋ ਗਏ ਸੂਜੀ ਤੇ ਆਲੂ ਲਾਲ ਮਿਰਚ ਪਾਤੀ ਨਮਕ ਪਾ ਦਿੱਤਾ ਐ ਦੋ ਚਮਚ ਮੈਦੇ ਦੇ ਪਾਣੇ ਆ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਗੁੰਨ ਲੈਣਾ ਆਪਾਂ ਰੜਾ ਲੈਣਾ ਐ ਸਵਾਰ ਕੇ ਹੱਥਾਂ ਨੂੰ ਮੜ ਦੇ ਤੇਲ ਲੈਣੇ ਆ ਦੋ ਪੀਸੇ ਦੇ ਆਪਾਂ ਦੋ ਜਗਾ ਕਰ ਲੈਣਾ ਇਹਨੂੰ ਦੋ ਹਿੱਸੇ ਕਰ ਲੈ ਚਕਲੇ ਤੇ ਮੜ ਦੇ ਮੈਦਾ ਪਾਇਆ ਤੇ ਉਤੇ ਆਪਾਂ ਬੇਲ ਲਿਆ ਬੇਲ ਕੇ ਸਾਈਡਾਂ ਲਾ ਦੇਣੀਆਂ ਫਿਰ ਇਹਦੇ ਆਪਾਂ ਪੀਸ ਕਰ ਲੈਨੇ ਆ ਮਾਰਨਿੰਗ ਟਾਈਮ ਮੇ ਵੱਡੀ ਵੀਡੀਓ ਪਾਉਣੀ ਹੁੰਨੀ ਜੀ ਮੇਰੇ 뷰 ਉਤੇ ਬਹੁਤ ਘੱਟ ਆਉਂਦੇ ਆ ਪਲੀਜ਼ ਮੇਰੇ ਚੈਨਲ ਤੇ ਜਾ ਕੇ ਮੇਰੀ ਵੱਡੀ ਵੀਡੀਓ ਵੀ ਜਰੂਰ ਦੇਖੋ ਸਪੋਰਟ ਕਰੋ ਮੇਰੇ ਚੈਨਲ ਨੂੰ ਦੇਖੋ ਆਪਾਂ ਤੇਲ ਗਰਮ ਰੱਖਿਆ ਸੀ ਮੀਡੀਅਮ ਸੇਕ ਤੇ ਇਹਨਾਂ ਨੂੰ ਫਰਾਈ ਕਰਨਾ ਇੱਕ ਪਾਸੇ ਸੇਕ ਲੱਗ ਗਿਆ ਦੂਏ ਪਾਸੇ ਪਲਟ ਦਿੱਤੇ ਆਪਾਂ ਤੇ ਦੇਖੋ ਜੀ ਆਪਣੇ ਜਿਹੜੇ ਆਲੂ ਦੇ ਸਨੈਕਸ ਬਣ ਕੇ ਬਹੁਤ ਹੀ ਵਧੀਆ ਬਹੁਤ ਟੇਸਟੀ ਬਹੁਤ ਜਲਦੀ ਤਿਆਰ ਹੋ ਗਏ ਜੀ ਤੇ ਬਣਾ ਕੇ ਕਮੈਂਟ ਕਰਕੇ ਦੱਸਿਓ ਸਪੋਰਟ ਕਰੋ ਮੇਰੇ ਚੈਨਲ ਨੂੰ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇ